ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ 100 ਏਕੜ ਜ਼ਮੀਨ ਦੇ 1500 ਕਿਲੋ ਸੋਨੇ ਦੀ ਵਰਤੋਂ ਕਰਕੇ ਬਣਾਇਆ ਗਿਆ ਮੰਦਿਰ ਦੇਖ ਕੇ ਹਰ ਕੋਈ ਰਹਿ ਗਿਆ ਹੈਰਾਨ ਤਾਜ਼ਾ ਵੱਡੀ ਖਬਰ ਆ ਚੁੱਕੀ ਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਜ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਦੇਸ਼ ਦੇ ਬਹੁਤ ਸਾਰੇ ਆਧੁਨਿਕ ਥਾਵਾਂ ਪੂਜਨ ਯੋਗ ਹਨ ਅਤੇ ਉਹਨਾਂ ਧਾਰਮਿਕ ਥਾਵਾਂ ਦਾ ਵਕ ਵਕ ਧਰਮ ਵਿੱਚ ਆਪਣਾ ਇੱਕ ਵੱਖ ਸਥਾਨ ਹੈ। ਹਾਂਜੀ ਹੁਣ ਇੱਥੇ 100 ਕਰੋੜ ਏਕੜ ਦੀ ਜ਼ਮੀਨ ਤੇ 1500 ਕਿਲੋ ਸੋਨੇ ਦੀ ਵਰਤੋਂ ਕਰਕੇ ਬਣਾਇਆ ਗਿਆ ਆਕਰਸ਼ਿਤ ਮੰਦਿਰ। ਪ੍ਰਾਪ ਜਾਣਕਾਰੀ ਸਰ ਇਹ ਮੌੜਾ ਦੱਖਣੀ ਭਾਰਤ ਦਾ ਹੈ ਜਿੱਥੇ ਇੱਕ ਮੰਦਿਰ ਇਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਾਸ ਦੀ ਕਿ ਤਾਮਿਲਨਾਡੂ ਦੇ ਬਲੋਰ ਚ ਦੇਵੀ ਮਹਾਲక్ష్ਮੀ ਦਾ ਇੱਕ ਮੰਦਿਰ ਹੈ। ਜਿਸ ਨੂੰ ਸਵਰਨ ਮੰਦਿਰ ਆਖਿਆ ਜਾਂਦਾ ਹੈ ਤੇ ਇਸ ਦਾ ਨਿਰਮਾਣ 1 ਏਕੜ ਜ਼ਮੀਨ ਤੇ 1500 ਕਿਲੋ ਸੋਨੇ ਨਾਲ ਕੀਤਾ ਗਿਆ ਹੈ। ਇਸ ਮੰਦਿਰ ਨੂੰ ਜਿੱਥੇ ਸ਼੍ਰੀ ਪੂਰਮ ਦਾ ਨਾਮ ਵੀ ਦਿੱਤਾ ਗਿਆ ਹੈ ਤੇ ਲੋਕਾਂ ਵਿੱਚ ਇਸ ਨੂੰ ਲੈ ਕੇ ਕਾफी ਸ਼ਰਧਾ ਦੇਖੀ ਜਾ ਰਹੀ ਹੈ। ਦੱਖਣ ਪਾਰੇ ਦੇ ਇਸ ਮੰਦਿਰ ਨੂੰ ਦੱਖਣ ਦਾ ਸਵਰਨ ਮੰਦਿਰ ਕਿਹਾ ਜਾਂਦਾ ਹੈ। ਉਥੇ ਦੱਸਿਆ ਗਿਆ ਹੈ ਕਿ ਇਸ ਮੰਦਿਰ ਥਿਰਮੁਲਾਈ ਕੋਡੀਚ ਸਥਿਤ ਹੈ ਜਿਸ ਨੂੰ ਬਣਾਉਣ ਲਈ 1500 ਕਿਲੋ ਸ਼ੁੱਧ ਸੋਨੇ ਦੀ ਵਰਤੋਂ ਕੀਤੀ ਗਈ ਹੈ। ਬਾਕੀ ਖਬਰਾਂ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ